हाँ जी, गुड मॉर्निंग बेटा। आज जैसे चैप्टर टू एक चल बल रेखा के समीकरण बारे पढ़न जा रहे हैं। जिस तरह के असं बीज गणितिक व्यंजक समीकरण बारे जानते हाँ, जिस तरह के उदाहरण तौर पर कुछ संख्यावान जिस विच असी 5x 2x माइनस 3 3x प्लस वाई 2x प्लस 5 आदि लिखते हाँ, इन्हां विच असी देखते हाँ कि यह सारे साडे व्यंजक हैं। समीकरण दियां उदाहरणां जिस तरह कि असीं 5x प्लस 25 2x माइनस 3 बराबर 9, इन्हां विच जे असीं ध्यान नाल देखिए साडे कोल इन्हां व्यंजकां दे अलादा इहदे विच बराबर आ गया है। इसलिए असीं कह सकते हाँ कि समीकरणां विच बराबर दा चिन्ह हुंदा है जो कि व्यंजकां विच नहीं हुंदा। हुण रेखीय व्यंजकां बारे तुहानूं दसदे हाँ कि जिस तरह कि साढ़े कोल 2x 2x प्लस 1 3y माइनस 7 12 माइनस 5x 5 बटा 4 गुणा x माइनस 4 प्लस 10, ये सारियां साड़ियां कुछ इस तरह दियां रेखी व्यंजकां दियां उदाहरणां हन। जिस तरह कि रेखी व्यंजक विच चल दी घात 1 है, इसलिए इस नूं असीं रेखी व्यंजक कह सकते हाँ। एक चल वाले रेखी समीकरण ਉਹ ਹੁੰਦੇ ਹਨ ਜਿਹਦੇ ਵਿੱਚ ਚਾਲ ਦੀ ਸੰਖਿਆ 1 ਹੋਵੇ, ਉਹਨਾਂ ਨੂੰ ਰੇਖੀ ਸਮੀਕਰਨ ਕਹਿੰਦੇ ਹਾਂ। ਜਿਸ ਦੇ ਵਿੱਚ ਚਾਲ ਦੀ ਸੰਖਿਆ ਸਾਡੇ ਕੋਲ ਇਸ ਦੀ ਘਾਤ 1 ਘਾਤ ਹੋਵੇ, ਚਾਲ ਦੀ ਘਾਤ 1 ਘਾਤ ਹੋਵੇ, ਉਸ ਨੂੰ ਰੇਖੀ ਸਮੀਕਰਨ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਉਦਾਹਰਨ ਤੌਰ 'ਤੇ ਸਾਡੇ ਕੋਲ ਇਹਨਾਂ ਸਮੀਕਰਨਾਂ ਤੋਂ ਅਸੀਂ ਕੁਛ ਹੱਲ ਪ੍ਰਾਪਤ ਕਰਦੇ ਹਾਂ। ਜਿਸ ਤਰ੍ਹਾਂ ਕਿ 2x ਮਾਈਨਸ 3 ਬਰਾਬਰ 7, ਇਸ ਦੇ ਵਿੱਚ ਐਕਸ ਜਿਹੜਾ ਕਿ ਸਾਡਾ ਇੰਗਲਿਸ਼ ਅੱਖਰ ਨਾਲ ਲਿਖਿਆ ਹੈ, ਇਸ ਨੂੰ ਅਸੀਂ ਚਾਲ ਕਹਿੰਦੇ ਹਾਂ ਅਤੇ ਇਹਦੇ ਵਿੱਚ ਬਰਾਬਰ ਹੁੰਦਾ ਹੈ, ਅਤੇ ਇਹ ਸਾਰਾ ਜਿਸ ਵਿਅੰਜਕਾਂ ਦੇ ਨਾਲ ਬਰਾਬਰ ਨਾਲ ਸਾਡੀ ਪੂਰੀ ਸਮੀਕਰਨ ਬਣਦੀ ਹੈ, ਜਿਹਦੇ ਵਿੱਚ ਸਾਡੇ ਕੋਲ ਇੱਕ ਵਿਅੰਜਕ ਖੱਬੇ ਪਾਸੇ ਅਤੇ ਦੂਜਾ ਵਿਅੰਜਕ ਸੱਜੇ ਪਾਸੇ ਹੁੰਦਾ ਹੈ। ਜਿਸ ਤਰ੍ਹਾਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਮੀਕਰਨ ਦੇ ਦੋਵੇਂ ਪਾਸੇ ਦੇ ਵਿਅੰਜਕਾਂ ਦਾ ਮੁੱਲ ਬਰਾਬਰ ਹੁੰਦਾ ਹੈ, ਜਿਸ ਨੂੰ ਅਸੀਂ ਚੱਲ ਦੇ ਮੁੱਲਾਂ ਨੂੰ ਸਮੀਕਰਨ ਦਾ ਹੱਲ ਵੀ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਸਾਡੇ ਕੋਲ ਉਦਾਹਰਨ 2x ਮਾਈਨਸ 3 ਬਰਾਬਰ 7, ਜਿਸ ਦੇ ਵਿੱਚ ਅਸੀਂ ਚੱਲ ਸੰਖਿਆ ਨੂੰ ਜੇ 5 ਮੰਨ ਲਈਏ, ਫਿਰ ਅਸੀਂ ਅਗਾਂਹ ਇਸ ਨੂੰ ਹੱਲ ਕਰਕੇ ਵੇਖੀਏ 2 ਗੁਣਾ 5 ਮਾਈਨਸ 3 ਜਿਹੜਾ ਕਿ ਬਰਾਬਰ ਸਾਡਾ 7 ਆਉਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ 2 5 10, 10 ਦੇ ਵਿੱਚੋਂ ਖੱਬੇ ਪਾਸੇ ਮਾਈਨਸ 3 ਘਟਾਉਣ 'ਤੇ ਸਾਡਾ ਬਰਾਬਰ 7 ਹੀ ਆਵੇਗਾ, ਜੋ ਕਿ ਸੱਜੇ ਪਾਸੇ ਦਾ ਮੁੱਲ ਹੋਵੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ x ਬਰਾਬਰ 5, ਸਮੀਕਰਨ 2x ਮਾਈਨਸ 3 ਬਰਾਬਰ 7 ਦਾ ਹੱਲ ਹੈ। ਇਸੇ ਤਰ੍ਹਾਂ ਉਦਾਹਰਨ ਨੰਬਰ ਦੂਸਰੀ 2y ਪਲੱਸ 9 ਬਰਾਬਰ 4 ਨੂੰ ਹੱਲ ਕਰੋ। ਇਸ ਦੇ ਵਿੱਚ ਅਸੀਂ ਖੱਬੇ ਵਿਅੰਜਕ ਨੂੰ ਉਸ ਤਰ੍ਹਾਂ ਹੀ ਰਹਿਣ ਦੇਵਾਂਗੇ 2y, ਅਤੇ ਜਿਹੜਾ ਖੱਬੇ ਪਾਸੇ ਦਾ ਨੰਬਰ ਉਸ 9 ਨੂੰ ਅਸੀਂ ਸੱਜੇ ਹੱਥ ਲੈ ਜਾਵਾਂਗੇ, ਜਿਹੜਾ ਕਿ ਪਲੱਸ ਦੀ ਜਗ੍ਹਾ ਸਾਡੇ ਕੋਲ ਮਾਈਨਸ ਹੋ ਜਾਵੇਗਾ। ਅਗਾਂਹ ਤੀਜੇ ਸਟੈਪ ਵਿੱਚ ਅਸੀਂ 2y ਸਾਡਾ ਉਸਰੇ ਰਹੇਗਾ ਬਰਾਬਰ 4 ਮਾਈਨਸ 9 ਨੂੰ ਘਟਾਉਣ 'ਤੇ ਸਾਡੇ ਕੋਲ ਮਾਈਨਸ 5 ਪ੍ਰਾਪਤ ਹੋਵੇਗਾ। ਇਸ ਲਈ ਅਸੀਂ ਇੱਥੇ 2 ਦਾ ਗੁਣਾਂਕ y ਦੇ ਨਾਲ ਹੋਣ ਕਰਕੇ ਚੌਥੇ ਸਟੈਪ ਵਿੱਚ y ਬਰਾਬਰ 2 ਬਟੇ ਵਿੱਚ 5 ਦੇ ਨਾਲ ਭਾਗ ਵਿੱਚ ਜਾਏਗਾ, ਜਿਹੜਾ ਕਿ ਜਵਾਬ ਆਏਗਾ ਮਾਈਨਸ 5 ਬਟਾ 2। ਜੇ ਅਸੀਂ ਇਸ ਦੇ ਹੱਲ ਦੀ ਪੜਤਾਲ ਕਰੀਏ ਤਾਂ ਅਸੀਂ ਖੱਬੇ ਪਾਸੇ ਦਾ ਮੁੱਲ 2y ਪਲੱਸ 9 ਲਿਖਾਂਗੇ, ਜਿਸ ਨੂੰ ਅਸੀਂ y ਦਾ ਮੁੱਲ ਮਾਈਨਸ 5 ਬਟਾ 2 ਇਸ ਦੀ ਜਗ੍ਹਾ ਭਰਾਂਗੇ, ਜੋ ਸਾਡਾ ਕੀ ਬਣੇਗਾ 2 ਗੁਣਾ ਮਾਈਨਸ 5 ਬਟਾ 9 ਪਲੱਸ 9, ਅਤੇ ਇਸ ਨੂੰ ਅਗਾਂਹ ਗੁਣਾ ਕਰਨ 'ਤੇ ਸਾਡੇ ਕੋਲ ਆਏਗਾ 2 ਦੇ ਨਾਲ ਗੁਣਾ ਮਾਈਨਸ 5 ਬਟਾ 2, 2 ਦੇ ਨਾਲ 2 ਸਾਡਾ ਕੱਟਿਆ ਜਾਏਗਾ ਕਿਉਂਕਿ ਇਹ ਇੱਕ ਦੂਜੇ ਦੇ ਨਾਲ ਰਕਮ ਵੰਡੀ ਜਾਂਦੀ ਹੈ, ਅਤੇ ਅਖੀਰ ਸਾਡੇ ਕੋਲ ਬਚੇਗਾ ਮਾਈਨਸ 5 ਪਲੱਸ 9। ਇਸ ਨੂੰ ਇੱਕ ਸੰਖਿਆ ਸੰਪੂਰਨ ਦੀ ਘਟਾਓ ਅਤੇ ਇੱਕ ਪਲੱਸ ਦੀ ਹੋਣ ਦੇ ਕਰਕੇ ਅਸੀਂ ਇਹਨਾਂ ਨੂੰ ਘਟਾਵਾਂਗੇ, ਜਿਸ ਤੋਂ ਕਿ ਸਾਡਾ ਜਵਾਬ 4 ਆਏਗਾ, ਜੋ ਕਿ ਸਾਡਾ ਸੱਜਾ ਪਾਸਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਵਾਈ ਦਾ ਮੁੱਲ ਮਾਈਨਸ 5 ਬਟਾ 2 ਇਸ ਵਿਅੰਜਕ ਸਮੀਕਰਨ 2y ਪਲੱਸ 9 ਬਰਾਬਰ 4 ਦਾ ਹੱਲ ਹੈ।